ਹਾਂਜੀ ਸਟੂਡੈਂਟਸ ਅੱਜ ਆਪਾਂ ਅਗਲਾ ਪੱਤਰ ਕਰਾਂਗੇ ਤੁਹਾਡੀ ਨੀੜੇ ਅੱਗ ਲੱਗਣ ਦੀ ਇੱਕ ਭਿਆਨਕ ਘਟਨਾ ਵਾਪਰੀ ਹੈ ਇਸ ਦੀ ਰਿਪੋਰਟ ਅਖਬਾਰ ਦੇ ਸੰਪਾਦਕ ਨੂੰ ਦੇਣੀ ਆ ਜੇ ਇਸ ਤਰ੍ਹਾਂ ਸਕਦਾ ਸੜਕ ਉੱਪਰ ਹੋਈ ਵਾਹਨਾਂ ਦੀ ਟੱਕਰ ਦੇ ਭਿਆਨਕ ਦ੍ਰਿਸ਼ ਦੀ ਰਿਪੋਰਟ ਕਿਸੇ ਅਖਬਾਰ ਦੇ ਸੰਪਾਦਕ ਨੂੰ ਲਿਖੋ ਜਿਵੇਂ ਕਿ ਆਪਾਂ ਸਟੂਡੈਂਟਸ ਦੇਖਦੇ ਹਾਂ ਕਿਸ ਤਰ੍ਹਾਂ ਦੀਆਂ ਮੰਦਭਾਗੀਆਂ ਦਰਘਟਨਾ ਆਏ ਦਿਨ ਸਾਨੂੰ ਮਿਲਦੀਆਂ ਕਈ ਵਾਰ ਅਸੀਂ ਅੱਖੀਂ ਉਹ ਸੀਨ ਦੇਖਿਆ ਹੁੰਦਾ ਇਸ ਤਰ੍ਹਾਂ ਦੀ ਦੁਰਘਟਨਾ ਦਾ ਤਾਂ ਸੀ ਇਸ ਤਰ੍ਹਾਂ ਦਾ ਪੱਤਰ ਲਿਖ ਸਕਦੇ ਆ ਓਕੇ ਤੇ ਇਹਦੇ ਵਿੱਚ ਆਪਾਂ ਦੇਖਦੇ ਆਂ ਵੀ ਜ਼ਿੰਮੇਵਾਰ ਕੌਣਾ ਕਾਫੀ ਹੱਦ ਤੱਕ ਦੇਖਿਆ ਜਾਵੇ ਤਾਂ ਲੋਕ ਵੀ ਆ ਤੇ ਪ੍ਰਸ਼ਾਸਨ ਵੀ ਆ ਲੋਕ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਦੇ ਆ ਤਾਂ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਜਿਹੜੀਆਂ ਉਹ ਵੇਸ਼ਕਾਰ ਹੁੰਦੇ ਨੇ ਤੇ ਇੱਥੇ ਆਪਾਂ ਅਡਰੈਸ ਲਿਖਣਾ ਜਿਵੇਂ ਅੱਗੇ ਲਿਖਦੇ ਆਂ ਇੱਥੇ ਸੇਵਾ ਵਿਖੇ ਸੰਬਾਧਕ ਸਾਹਿਬ ਰਜਨਾਜੀਤ ਜਲੰਧਰ ਫਿਰ ਵਿਸ਼ਾ ਦੇ ਦੇਣਾ ਅੱਗ ਲੱਗਣ ਦੀ ਦੁਰਘਟਨਾ ਜਾਂ ਸੜਕ ਉੱਪਰ ਹੋਈ ਭਿਆਨਕ ਦੁਰਘਟਨਾ ਦੀ ਰਿਪੋਰਟ ਸ਼੍ਰੀਮਾਨ ਜੀ ਬਿੰਤੀ ਹੈ ਕਿ ਵਿੱਤਜਨ ਸਾਡੇ ਪਿੰਡ ਦੇ ਨੇੜੇ ਜੀਟੀ ਰੋਡ ਉੱਪਰ ਵਾਹਨਾਂ ਦੀ ਇੱਕ ਭਿਆਨਕ ਟੱਕਰ ਹੋਈ ਜਿਸ ਦੇ ਨਤੀਜੇ ਵਜੋਂ ਲੱਗੀ ਅੱਗ ਕਾਰਨ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਇਸ ਦੀ ਰਿਪੋਰਟ ਮੈਂ ਤੁਹਾਨੂੰ ਲਿਖ ਕੇ ਭੇਜ ਰਿਹਾ ਹਾਂ ਜਾਂ ਭੇਜ ਰਹੀ ਹਾਂ ਤਾਂ ਜੋ ਤੁਹਾਡੀ ਅਖਬਾਰ ਪਿੱਛੋਂ ਇਸ ਦੇ ਵਿੱਚੋਂ ਲੋਕ ਇਸ ਦੇ ਕਾਰਨਾਂ ਤੇ ਭਿਆਨਕਤਾ ਨੂੰ ਜਾਣ ਕੇ ਇਸ ਦੇ ਦੁਹਰਾਏ ਜਾਣ ਤੋਂ ਚੇਤਨ ਹੋ ਸਕਣ ਪਿਤੇ ਮੰਗਲਵਾਰ ਰਾਤੀ 8:30 ਵਜੇ ਸਾਡੇ ਪਿੰਡ ਦੇ ਨੇੜੇ ਜੀਟੀ ਰੋਡ ਉੱਤੇ ਪੈਟਰੋਲ ਦੇ ਭਰੇ ਇੱਕ ਟੈਂਕਰ, ਰਾਤ ਦੀ ਪਰੇ ਟਰੈਕਟਰ ਟਰਾਲੀ ਤੇ ਇੱਕ ਡੀ ਲਕਸ ਬੱਸ ਵਿੱਚ ਟੱਕਰ ਹੋ ਗਈ। ਜਿਸ ਤੇ ਛਿੱਟੇ ਵਜੋਂ ਜਿੱਥੇ ਤਿੰਨ ਵਾਹਨਾਂ ਨੂੰ ਭਿਆਨਕ ਅੱਗ ਲੱਗ ਗਈ। ਉੱਥੇ ਅੱਗ ਦੀ ਲਪੇਟ ਵਿੱਚ ਆਈ ਡੀ ਲਕਸ ਬੱਸ ਬੇਕਾਬੂ ਹੋ ਕੇ ਸੜਕ ਦੇ ਨਾਲ ਬਣੀ ਇੱਕ ਢਾਬੇ ਵਿੱਚ ਜਾਵੜੀ। ਜਿਸ ਦੇ ਨਾਲ ਅੱਗ ਨੇ ਢਾਬੇ ਸਮੇਤ ਉਸ ਤੇ ਇੱਕ ਪਾਸੇ ਲੱਗੇ ਲੱਕੜੀ ਚ چیرਣ ਦੇ ਆਰੇ ਤੇ ਦੂਜੇ ਪਾਸੇ ਹੋਰ ਦੁਕਾਨਾਂ ਨੂੰ ਆਪਣੇ ਲਪੇਟ ਵਿੱਚ ਲੈ ਲਿਆ। ਅਸਲ ਵਿੱਚ ਬਰਾਤ ਵਾਲੀ ਟਰਾਲੀ ਤੇ ਟਰੈਕਟਰ ਦਾ ਅਗਲਾ ਟਾਇਰ ਫਟਣ ਨਾਲ ਉਹ ਬੇਕਾਬੂ ਹੋ ਗਿਆ ਜਿਸ ਕਾਰਨ ਉਸ ਨੂੰ ਕ੍ਰਾਸ ਕਰ ਰਿਹਾ ਪੈਟਰੋਲ ਟੈਂਕਰ ਉਸ ਨਾਲ ਟਕਰਾ ਗਿਆ। ਛਿੱਟੇ ਬਜੂ ਟੈਂਕਰ ਫਟ ਗਿਆ ਤੇ ਉਸ ਨੂੰ ਅੱਗ ਲੱਗ ਗਈ। ਨਾਲ ਹੀ ਟੈਂਕਰ ਵਿਚਲਾ ਤੇਲ ਉੱਛਲ ਕੇ ਟਰਾਲੀ ਅਤੇ ਉਸ ਉੱਪਰ ਬੈਠੀਆਂ ਸਵਾਰੀਆਂ ਉੱਪਰ ਛਿੜਕਿਆ ਗਿਆ ਤੇ ਇਹੋ ਤੇਲ ਹੀ ਪਿੱਛੋਂ ਆ ਰਹੀ ਡਿਲਕਸ ਬੱਸ ਉੱਪਰ ਜਾਪਿਆ ਤੇ ਨਾਲ ਹੀ ਅੱਗ ਦੇ ਭਾਂਬੜ ਪੜਤ ਪਏ ਪੇ ਕਾਬੂ ਹੋਈ ਬੱਸ ਜੀਟੀ ਰੋਡ ਉੱਪਰ ਬਣੀ ਪ੍ਰਸਿੱਧ ਬਲੂ ਸਟਾਟ ઠાਪੇ ਦੇ ਅੰਦਰ ਜਾਵੜੀ ਦੋ ਤਿੰਨ ਬੰਦੇ ਤਾਂ ਉਸ ਦੇ ਹੇਠਾ ਕੇ ਮਾਰੇ ਗਏ ਤੇ ਬਾਕੀ ઠાਪੇ ਦੇ ਬਾਂਸਾਂ ਦੇ ਬਣੇ ਟਾਂਚੇ ਨੂੰ ਅੱਗ ਲੱਗਣ ਦੇ ਨਾਲ ਅੱਗ ਦੀ ਲਪੇਟ ਪਚਾ ਗਈ ਆਲੇ ਦੁਆਲੇ ਦੇ ਢਾਬਿਆਂ ਦੇ ਮਾਲਕਾਂ ਤੇ ਹੋਰਨਾ ਲੋਕਾਂ ਦੇ ਨੇੜਿਓਂ ਵਗਦੇ ਸੂਏ ਵਿੱਚੋਂ ਪਾਣੀ ਦੇ ਕੋਲ ਪਏ ਰੇਤ ਦੇ ਢੇਰ ਤੋਂ ਰੇਤ ਸੁੱਟ ਸੁੱਟ ਕੇ ਫਸੇ ਲੋਕਾਂ ਨੂੰ ਬਚਾਉਣ ਦੇ ਯਤਨ ਕੀਤੇ ਪਰ ਉਹ ਅੱਗ ਦੇ ਭਿਆਨਕ ਭਾਂਬੜਾਂ ਸਾਹਮਣੇ ਬੇਵੱਸ ਸਨ ਕੁਝ ਦੁਕਾਨਾਂ ਵਾਲਿਆਂ ਦੇ ਟੈਲੀਫੋਨ ਕਰਨ ਉੱਤੇ ਅੱਧੇ ਘੰਟੇ ਮਗਰੋਂ ਫਾਇਰ ਵਰਗੇਟ ਦੀਆਂ ਤਿੰਨ ਗੱਡੀਆਂ ਆ ਗਈਆਂ ਉਹ ਪਾਣੀ ਸੁੱਟ ਸੁੱਟ ਕੇ ਗੈਸ ਛੱਡ ਕੇ ਤੇ ਪੈਟਰੋਲ ਉੱਤੇ ਚੱਗ ਸੁੱਟ ਕੇ ਅੱਗ ਬੁਝਾਉਣ ਦੇ ਯਤਨ ਕਰਨ ਲੱਗੇ ਆਂ ਪਰ ਅੱਗ ਸਾਹਮਣੇ ਉਹਨਾਂ ਦੀ ਕੋਈ ਪੇਸ਼ ਹੀ ਨਹੀਂ ਸੀ ਜਾ ਰਹੀ ਤੇ ਉਸ ਵਿੱਚ ਬਹੁਤ ਸਭ ਕੁਝ ਤੇਜ਼ੀ ਨਾਲ ਸੜਦਾ ਜਾ ਰਿਹਾ ਸੀ ਇਸ ਇਸ ਸਮੇਂ ਤੱਕ ਅੱਗ ਟਾਬੇ ਦੇ ਇੱਕ ਪਾਸੇ ਲੱਗੇ ਲੱਕੜੀ ਦੇ ਆਰੇ ਤੱਕ ਵੀ ਜਾ ਪਹੁੰਚੀ ਤੇ ਦੂਜੇ ਪਾਸੇ ਇੱਕ ਟਾਇਰਾਂ ਦੇ ਸਟੋਰ ਤੇ ਦੂਜੀ ਪੈਂਚਰ ਲਾਉਣ ਵਾਲੀ ਦੁਕਾਨ ਤੱਕ ਜਾ ਪਹੁੰਚੀ ਇਨੇ ਨੂੰ ਜਲੰਧਰ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਦਾ ਕਮਿਸ਼ਨਰ ਤੇ ਐਸਐਸਪੀ ਪਹੁੰਚ ਗਏ। ਉਹਨਾਂ ਨੇ ਜਲੰਧਰ ਸ਼ਾਉਣੀ ਦੇ ਮਿਲਟਰੀ ਦੀ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮਗਵਾ ਲਈਆਂ ਤੇ ਨਾਲ ਹੀ ਐਂਬੂਲੈਂਸ ਤੇ ਡਾਕਟਰ ਵੀ ਬੁਲਾ ਲਏ। ਉਹਨਾਂ ਦੇ ਆਉਣ ਤੱਕ ਟਰੈਕਟਰ ਟਰਾਲੀ ਡੀਲੈਕਸ ਵਾਸਤੇ ਬਲੂ ਸਟਾਰ ਟਾਬੇ ਬੁਰੀ ਤਰ੍ਹਾਂ ਸੜ ਚੁੱਕੇ ਸਨ। ਉਹਨਾਂ ਨੇ 2 ਘੰਟੇ ਮਿਹਨਤ ਕਰਕੇ ਪਾਣੀ, ਗੈਸ ਤੇ ਝੱਗ ਦੀ ਸਹਾਇਤਾ ਨਾਲ ਟਾਬੇ ਲੱਕੜੀ ਦੇ ਆਰੇ ਤੇ ਟਾਇਰਾਂ ਦੇ ਸਟੋਰ ਨੂੰ ਲੱਗੀ ਅੱਗ ਨੂੰ ਬੁਝਾ ਕੇ ਅੱਗ ਨੂੰ ਹੋਰ ਫੈਲਣ ਤੋਂ ਰੋਕਿਆ ਇਸ ਦੇ ਨਾਲ ਹੀ ਊਨ ਉਹਨਾਂ ਟੈਂਕਰ ਵਾਸਤੇ ਟਰੈਕਟਰ ਟਰਾਲੀ ਨੂੰ ਲੱਗੀ ਅੱਗ ਵੀ ਬੁਝਾ ਦਿੱਤੀ ਪਰ ਇਸ ਸਮੇਂ ਤੱਕ ਲੋਹੇ ਦੇ ਵਿੰਗੇ ਟੇਡੇ ਟਾਂਚਿਆਂ ਤੋਂ ਬਿਨਾਂ ਉਹਨਾਂ ਦਾ ਹੋਰ ਸਭ ਕੁਝ ਸੜ ਚੁੱਕਾ ਸੀ ਇਸ ਅੱਗ ਤੋਂ ਮਨੁੱਖੀ ਜਾਨ ਨੂੰ ਬਚਾਉਣ ਵਿੱਚ ਬਹੁਤੀ ਸਹਾਇਤਾ ਨਹੀਂ ਕੀਤੀ ਜਾ ਸਕੀ ਬਚਾਅ ਕੇਵਲ ਉਹਨਾਂ ਲੋਕਾਂ ਦਾ ਹੀ ਹੋ ਸਕਿਆ ਜਿਨ੍ਹਾਂ ਦੇ ਟੱਕਰ ਕਾਰਨ ਗੰਭੀਰ ਸੱਟਾਂ ਨਹੀਂ ਸਨ ਲੱਗੀਆਂ ਜਿਹੜੇ ਕਿਸੇ ਨਾ ਕਿਸੇ ਹੀਲੇ ਨਾਲ ਅੱਗ ਦੀ ਲਪੇਟ ਵਿੱਚੋਂ ਬਾਹਰ ਨਿਕਲ ਗਏ ਸਨ ਜਾਂ ਜਿਹੜੇ ਕੁਦਰਤੀ ਹੀ ਤੇਲ ਅਤੇ ਅੱਗ ਤੋਂ ਬਚ ਗਏ ਸਨ ਇਸ ਦਰ ਘਟਨਾ ਵਿੱਚ ਲਗਭਗ 40 ਬੰਦੇ ਇਸ ਹੱਦ ਤੱਕ ਸੜ ਗਏ ਜਿਨ੍ਹਾਂ ਦੀਆਂ ਲਾਸ਼ਾਂ ਦੀ ਪਛਾਣ ਵੀ ਨਹੀਂ ਆਪ ਕਹਿ ਸਕਦੇ ਆ ਵੀ ਕਰਨੀ ਔਖੀ ਸੀ ਇਹਨਾਂ ਵਿੱਚੋਂ 16 ਬਰਾਤੀ ਸਨ ਜਿਨ੍ਹਾਂ ਵਿੱਚ ਲਾੜੇ ਦਾ ਬਾਪ ਉਸਦੀ ਮਾਂ ਸ਼ਾਮਲ ਸਨ 21 ਬੰਦੇ ਅੱਧ ਸੜੇ ਤੇ ਸੈਕਦੇ ਸਨ 35 ਬੰਦੇ ਮਾਮੂਲੀ ਸੜੇ ਸਨ ਜਾਂ ਜ਼ਖਮੀ ਹੋਏ ਸਨ ਥੋੜੇ ਜ਼ਖਮੀਆਂ ਨੂੰ ਡਾਕਟਰਾਂ ਨੇ ਉੱਥੇ ਹੀ ਦਾਰੂ ਦਵਾ ਦਿੱਤਾ ਤੇ ਗੰਭੀਰ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਮੁਰਦਿਆਂ ਨੂੰ ਸੜਕ ਦੇ ਇੱਕ ਪਾਸੇ ਲਟਾ ਕੇ ਉੱਪਰ ਛਾਦਰਾਂ ਪਾ ਦਿੱਤੀਆਂ ਕੁਝ ਲੋਕ ਅਜੇ ਵੀ ਸਨ ਜੋ ਆਪਣੇ ਬੰਦਿਆਂ ਨੂੰ ਪਛਾਣਨ ਦਾ ਯਤਨ ਕਰ ਰਹੇ ਸਨ ਪਰ ਲਾਸ਼ਾਂ ਬੁਰੀ ਤਰ੍ਹਾਂ ਸੜੀਆਂ ਹੋਣ ਕਾਰਨ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਅਜੇ ਵੀ ਪਤਾ ਲੱਗਾ ਹੈ ਕਿ 15 ਕੁਲਾਸ਼ਾ ਸਿਵਲ ਹਸਪਤਾਲ ਵਿੱਚ ਬੇਪਛਾਣ ਪਹੁੰਚੇ ਹਨ ਇਸ ਭਿਆਨਕ ਦਰਘਟਨਾ ਨੂੰ ਦੇਖ ਕੇ ਆਦਮੀ ਕੰਬ ਜਾਂਦਾ ਹੈ ਇਸ ਦਾ ਅਸਲ ਕਾਰਨ ਤਾਂ ਸਾਡੇ ਵੱਲੋਂ ਟ੍ਰੈਫਿਕ ਨਿਜ਼ਮਾ ਦੀ ਬੇਪਰਵਾਹੀ ਹੈ ਪਹਿਲੀ ਗੱਲ ਹੈ ਕਿ ਟਰੈਕਟਰ ਟਰਾਲੀ ਵਿੱਚ ਬਰਾਤ ਲਿਜਾਣੀ ਹੀ ਗੈਰਕਾਨੂੰਨੀ ਹੈ ਦੂਸਰਾ ਕਹਿ ਸਕਦੇ ਹਾਂ ਕਿ ਜੇਕਰ ਟਰੈਕਟਰ ਦਾ ਅਗਲਾ ਟਾਇਰ ਮਾੜਾ ਸੀ ਤਾਂ ਟਰੈਕਟਰ ਨੂੰ ਸੜਕ ਉੱਤੇ ਲਿਜਾਣਾ ਹੀ ਗਲਤੀ ਸੀ ਤੀਸਰਾ ਪਿੱਛੋਂ ਆ ਰਹੇ ਤੇਲ ਟੈਂਕਰ ਦੇ ਡਰਾਈਵਰ ਤੇ ਡਿਲਕਸ ਬੱਸ ਦੇ ਡਰਾਈਵਰ ਦੀ ਬੀ ਬੇਤਿਆਨੀ ਹੈ ਜੇਕਰ ਉਹ ਜਰਾ ਖਚਕੰਨੇ ਹੁੰਦੇ ਤਾਂ ਇਹ ਦੁਰਘਟਨਾ ਟਲ ਸਕਦੀ ਸੀ ਇਸ ਦੇ ਨਾਲ ਹੀ ਫਾਇਰ ਸਟੇਸ਼ਨਾਂ ਦੀ ਦੂਰੀ ਵੀ ਇਸ ਅੱਗ ਨੂੰ ਫੈਲਾਉਣ ਦਾ ਕਾਰਨ ਬਣੀ ਜੇਕਰ ਫਾਇਰ ਸਟੇਸ਼ਨ ਨੇੜੇ ਹੁੰਦਾ ਤੇ ਉਸ ਕੋਲ ਗੱਡੀਆਂ ਦੀ ਗਿਣਤੀ ਵਧੇਰੇ ਹੁੰਦੀ ਤਾਂ ਨੁਕਸਾਨ ਘੱਟ ਹੋਣਾ ਸੀ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਟਾਇ ਕਾਇਰ ਸਟੇਸ਼ਨ ਦੀ ਸਰਵਿਸ ਤੇ ਸਮਰੱਥਾ ਵਿੱਚ ਵਾਧਾ ਕਰੇ ਟ੍ਰੈਫਿਕ ਵਿਭਾਗ ਨੂੰ ਟਰਾਲੀਆਂ ਉੱਪਰ ਬਰਾਤ ਜਾਂ ਸਵਾਰੀਆਂ ਲਿਜਾਣ ਅਤੇ ਮਾੜੇ ਟਾਇਰਾਂ ਜਾਂ ਬੱਤੀਆਂ ਵਾਲੀਆਂ ਗੱਡੀਆਂ ਚਲਾਉਣ ਤੇ ਬਿਰੂਕ ਲਾਉਣੇ ਚਾਹੀਦੇ ਹੈ ਅਜਿਹੇ ਕਦਮ ਚੁੱਕਣ ਨਾਲ ਅਸੀਂ ਅਜੀਆਂ ਦੁਰਘਟਨਾਵਾਂ ਕਾਫੀ ਹੱਦ ਤੱਕ ਘਟਾ ਸਕਦੇ ਹਾਂ ਤੇ ਉਹਨਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਵੀ ਘਟਾਇਆ ਜਾ ਸਕਦਾ ਹੈ ਧੰਨਵਾਦ ਸਹਿਤ ਆਪ ਜੀ ਦਾ ਵਿਸ਼ਵਾਸਪਾਤਰ ਜਾਂ ਆਪ ਜੀ ਦੀ ਵਿਸ਼ਵਾਸਪਾਤਰ ਨੀਚੇ ਆਪ ਦਾ ਨਾਮ ਲਿਖ ਦੇਣਾ ਹਾਂਜੀ ਇਸ ਤਰ੍ਹਾਂ ਦਾ ਪੱਤਰ ਹੈ ਜਿਹੜਾ ਬੇਟਾ ਤੁਸੀਂ ਲਿਖ ਸਕਦੇ ਹੋ ਕੋਈ ਘਟਨਾ ਵਾਪਰਦੀ ਹੈ ਮੰਦੀ ਤੁਸੀਂ ਦੇਖੀ ਆਖੀ ਤਾਂ ਇਸ ਤਰ੍ਹਾਂ ਦੀ ਦਾਵੀ ਉਹ ਪੱਤਰ ਦੇ ਵਿੱਚ ਜ਼ਿਕਰ ਕਰਕੇ ਉਹ ਉਹਮੀ ਪੱਤਰ ਲਿਖ ਸਕਦੇ ਹੋ ਓਕੇ ਇਹ ਤੁਸੀਂ ਪੱਤਰ ਯਾਦ ਕਰਨਾ ਥੈਂਕ ਯੂ ਸਟੂਡੈਂਟਸ